निफल धर्म निफल धर्म तहे तुम मानो निफल धर्म फल धर्म तहे तुम मानो साच कहो साच कहो मैं जाको साच कहो साच कहो मैं यको निफल धर्म निफल धर्म ताहे तुम मानो जाओ मैं भजन राम को नहीं जाओ मैं भजन राम को नहीं तें नर जन्म अकारिथ खोया तें नर जन्म अकारिथ खोया ये रखो मन माही ये रखो मन माही निफल धर्म फल धर्म ताहे तुम मानो निफल धर्म ताहे तुम मानो निफल धर्म ताहे तुम मानो।
करे बजती फुन रखे नहीं मनुआ बस जा मनुआ बस जा निफल धर्म कहे तुम पांडा निफल धर्म ताहे तुम मानना साच कहो मैया का साच कहो साच कहो
ਕਾਲ ਮੈਂ ਮੁਕਤੇ ਨਾਮ ਤੇ ਪਾਵੈ ਫੈਲੇ ਕਰ
सच कहो सच कहो मैया कहो सच कहो सच कहो मैया कहो निफल दर में कहे तुम माना निफल दर में निफल धर्म ताहे तुम मानो तीर्थ करे जावे भजन राम को नाही तीर्थ करे भरत फोन राखे भजन राम को नाई ने मनुआ बस जानके ने फल धर्म ताहे तुम मन्ना मैं भजन राम को नाही हर भगत भजन केवला हर भगत भजन केवला रिद्ध कर्म नाम बचसा रिद्ध कर्म ना बचसा जोगेन किंग जगेन किंग दनेन किंग तपसा निफल ते मनो निफल ते मनो तीरथ भरत अरदान कर जप तप भरत कीने पेखन को चरना राम निफल ते मनो तप ना किते बुझे निफल ते मनो तपत ना किते बुझे जियरे ओला नाम का अवरज करन करावना आवर जे करन करावनो तप तनक ते बुझे जा मैं भजन राम को नाही
ਤੇ ਨਰ ਜਨਮ ਆਕਾਰ ਥਕੋਇਓ ਜੇ ਰੱਖੋ ਮਨ ਮਾਹੀ ਉਹ ਭਲਿਓ ਇੱਕ ਗੱਲ ਮਨ ਵਿੱਚ ਟਿਕਾ ਲਓ ਵਿਸ਼ਵਾਸ ਕਰ ਲਓ ਕਿ ਜਿੱਥੇ ਭਜਨ ਨਹੀਂ ਰਾਮ ਦਾ ਪ੍ਰਭੂ ਦਾ ਉਸਨੇ ਮਨ ਨੂੰ ਸਾਰਾ ਜਨਮ ਇਹ ਮਨੁੱਖਾ ਦੇਹੀ ਦਾ ਜੀਵਨ ਬੇਅਰਥ ਹੀ ਗੁਆ ਲਿਆ। ਬਸ ਮੈਂ ਦੋ ਅਰਥੀ ਅਰਥ ਕਰਕੇ ਅੱਗੇ ਤੁਰਨਾ ਚਾਹੁੰਦਾ ਹਾਂ। ਜਾ ਮੈਂ ਭਜਨ ਰਾਮ ਕੋ ਨਾਹੀ ਤੇ ਨਰ ਜਨਮ ਆਕਾਰਥ ਖੋਇਓ ਯੇ ਰੱਖੋ ਮਨ ਮਾਹੀ ਇਹ ਹਿਰਦੇ ਵਿੱਚ ਵਿਸ਼ਵਾਸ ਕਰ ਲਓ। ਫਿਰ ਕਹਿੰਦੇ ਨੇ ਉਹਨੇ ਕੁਛ ਤਾਂ ਕੀਤਾ ਪਰ ਕੀਤਾ ਕੀ ਹੈ? ਧਰਮ ਦੇ ਭਗਤੀ ਦੇ ਰਾਹ 'ਤੇ ਚੱਲਣ ਵਾਲਿਆਂ ਨੇ ਜਿਹੜੇ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਸਨ ਭਗਤ ਅਖਵਾਉਂਦੇ ਸਨ ਆਖਰ ਉਹਨਾਂ ਨੇ ਕੁਝ ਕੀਤਾ? ਕਹਿਣ ਲੱਗੇ ਕੀਤਾ ਕੀ ਹੈ? ਤੀਰਥ ਕਰਿਆ ਹੈ। ਉਹਨਾਂ ਨੇ ਤੀਰਥਾਂ 'ਤੇ ਭਟਕਣਾ, ਥਾਂ ਥਾਂ ਜਾ ਕੇ ਇਸ਼ਨਾਨ ਕਰਨੇ ਅਤੇ ਖੋਰੇ ਐਸ ਤੀਰਥ ਦੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਰੱਬ ਪ੍ਰਸੰਨ ਹੁੰਦਾ ਹੈ, ਪਾਣੀਆਂ ਦੀ ਵੰਡ ਕਰ ਲਈਏ। ਤੀਰਥ ਕਰੈ ਜਾਂ ਉਹਨਾਂ ਨੇ ਵਰਤ ਰੱਖੇ ਨੇ। ਅੱਜ ਦਾ ਦਿਨ ਰੋਟੀ ਨਹੀਂ ਖਾਣੀ। ਗੁਰੂ ਆਖ ਰਿਹਾ ਅੰਨ ਨਾ ਖਾਇਆ ਸਾਧਗੋ ਆਇਆ। ਉਹ ਕਹਿੰਦੇ ਨੇ ਅੱਜ ਦਾ ਦਿਨ ਰੋਟੀ ਨਹੀਂ ਖਾਣੀ, ਵਰਤ ਰੱਖਣਾ, ਰੱਬ ਪ੍ਰਸੰਨ ਹੋਏਗਾ। ਤੀਰਥ ਕਰੈ ਵਰਤ ਫੋਨ ਰੱਖੈ। ਪਰ ਮਨ ਅੰਦਰ ਵਿਕਾਰ ਉਸੇ ਤਰ੍ਹਾਂ ਨੇ, ਮਨ ਬਸ ਨਾ ਤੀਰਥਾਂ 'ਤੇ ਜਾ ਕੇ ਹੋਇਆ ਹੈ ਨਾ ਮਨ ਬਸ ਵਰਤ ਰੱਖਣ ਨਾਲ ਹੋਇਆ ਹੈ, ਨਾ ਮਨੂਆ ਬਸ ਜਾਗਿਆ। ਕਹਿਣ ਲੱਗੇ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਆਖ ਰਹੇ ਨੇ ਕਿ ਇਸ ਕਿਸਮ ਦੇ ਕਰਮ ਕਰਨ ਨੂੰ ਧਰਮ ਆਖਣ ਨਾਲ ਅਤੇ ਇਹੋ ਜਿਹੇ ਧਰਮ ਕਰਨ ਨਾਲ ਕੋਈ ਫਾਇਦਾ ਨਹੀਂ ਹੈ। ਮੈਂ ਅੱਜ ਕੁਝ ਖੋਲ੍ਹ ਕੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਕਹਿੰਦੇ ਨੇ ਇਹਦਾ ਕੋਈ ਫਾਇਦਾ ਨਹੀਂ, ਨਿਸਫਲ ਦਾ। ਨਿਸਫਲ ਦਾ ਅਰਥ ਕੀ ਹੁੰਦਾ ਹੈ? ਜਿਸ ਦਰਖਤ ਨੂੰ ਕੋਈ ਫਲ ਨਾ ਲੱਗੇ। ਆਖਰ ਦਰਖਤ ਨੂੰ ਸਾਰਾ ਕੁਛ ਉਹ ਚਾਹੀਦਾ ਹੈ ਜਿਹੜਾ ਕੁਝ ਫਲ ਦੇਣ ਵਾਲੇ ਦਰਖਤਾਂ ਨੂੰ ਚਾਹੀਦਾ ਹੈ, ਪਰ ਕੀ ਕਾਰਨ ਹੈ? ਪਾਣੀ ਵੀ ਲੈ ਰਿਹਾ ਹੈ,
ਆਕਸੀਜਨ ਵੀ ਲੈ ਰਿਹਾ ਹੈ, ਧਰਤੀ ਵਿੱਚ ਵੀ ਉਸੇ ਧਰਤੀ ਵਿੱਚ ਉਸਨੇ ਥਾਂ ਵੀ ਲਈ ਹੋਈ ਹੈ, ਜੜ ਰੱਖੀ ਹੋਈ ਹੈ। ਇੰਨਾ ਸਭ ਕੁਝ ਲੈਣ ਦੇ ਬਾਵਜੂਦ ਉਹ ਫਲ ਨਹੀਂ ਦੇ ਰਿਹਾ। ਕਹਿਣ ਲੱਗੇ ਤੀਰਥ ਕਰੇ ਵਰਤ ਫੁਣ ਰੱਖੇ, ਨਾ ਮਨੂਆ ਬਸ ਜਾਂਕੋ ਨਿਫਲ ਧਰਮ ਤਾਹੇ ਤੂੰ ਮੰਨੋ। ਉਹਨੂੰ ਧਰਮ ਨੂੰ ਵੀ ਨਿਫਲ ਹੀ ਸਮਝੋ, ਐਸਾ ਦਰਖਤ ਹੈ ਜਿਹਨੂੰ ਕੋਈ ਫਲ ਨਹੀਂ ਲੱਗਣਾ। ਇੱਥੇ ਰੁਕਣਾ ਚਾਹੁੰਦਾ, ਜਿਹੜਾ ਧਰਮ ਨੂੰ ਚੈਲੰਜ ਕੀਤਾ ਜਾ ਰਿਹਾ ਹੈ, ਧਰਮ 'ਤੇ ਸਵਾਲੀਆ ਫਿਕਰ ਹੈ। ਹੁਣ ਧਰਮ ਇਕੱਲਾ ਨਹੀਂ ਰਿਹਾ, ਨਿਫਲ ਧਰਮ ਹੋ ਗਿਆ ਹੈ, ਉਹ ਧਰਮ ਜਿਹਦਾ ਕੋਈ ਫਾਇਦਾ ਨਹੀਂ। ਨਿਫਲ ਦਾ ਮਤਲਬ ਤਾਂ ਹੈ ਜਿਹਨੂੰ ਕੋਈ ਫਲ ਨਹੀਂ ਲੱਗਦਾ। ਜਿਹਦਾ ਕੋਈ ਫਾਇਦਾ ਨਹੀਂ। ਔਰ ਅਜੀਬ ਗੱਲ ਇਹ ਹੈ, ਜਿਸ ਧਰਮ ਦਾ ਕੋਈ ਫਾਇਦਾ ਨਹੀਂ, ਜਿਹੜੀ ਉਹਦੀ ਲਿਸਟ ਫਰਮਾਈ ਨੇ, ਉਹ ਧਰਮ ਜ਼ਿਆਦਾ ਹੋ ਰਿਹਾ। ਦੁਨੀਆ ਅੰਦਰ ਉਹ ਧਰਮ ਜ਼ਿਆਦਾ, ਅਤੇ ਕਿਉਂ ਹੋ ਰਿਹਾ, ਕਿਉਂ ਇਹ ਜੇ ਧਰਮ ਪੈਦਾ ਹੋ ਗਏ ਨੇ ਜਿਹਨਾਂ ਦਾ ਕੋਈ ਫਲ ਨਹੀਂ, ਕਿਉਂ ਲੋਕ ਉਹ ਧਰਮ ਕਰ ਰਹੇ ਨੇ ਜਿਹਨਾਂ ਦਾ ਕੋਈ ਫਾਇਦਾ ਨਹੀਂ। ਕੋਈ ਮਨੁੱਖ ਦੁਨੀਆ ਅੰਦਰ ਐਸਾ ਕੰਮ ਨਹੀਂ ਕਰਦਾ ਜਿਹਦਾ ਕੋਈ ਫਾਇਦਾ ਨਾ ਹੋਵੇ। ਕਹਿੰਦਾ ਫਲ ਕੀ ਹੈ, ਬਲਕਿ ਗੁਰੂ ਨੇ ਗੱਲ ਆਖੇ ਕਿਉਂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਪਰ ਕਿਉਂ ਇਹ ਗੱਲ ਆਖੀ, ਕਿਉਂਕਿ ਦੁਨੀਆ ਦਾ ਕੋਈ ਮਨੁੱਖ ਐਸਾ ਕੋਈ ਵੀ ਕੰਮ ਨਹੀਂ ਕਰ ਸਕ ਕਰਨਾ ਚਾਹੁੰਦਾ ਜਿਹਦਾ ਫਲ ਕੋਈ ਨਾ ਹੋਵੇ। ਗੁਰੂ ਕਹਿੰਦੇ ਨੇ ਕਿ ਏਡੀ ਅਜੀਬ ਗੱਲ ਹੈ, ਧਰਮ ਉਹ ਕਰ ਰਿਹਾ ਜਿਹਦਾ ਫਲ ਕੋਈ ਨਹੀਂ। ਅਸੀਂ ਦੇਖਾਂਗੇ ਹਜ਼ਾਰਾਂ ਆਦਮੀ ਰੋਜ਼ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਨੇ, ਜਦੋਂ ਵਰਤ ਦਾ ਦਿਨ ਆਉਂਦਾ ਹੈ, ਭਾਵੇਂ ਇਕਾਦਸ਼ੀ ਦਾ ਹੋਵੇ, ਭਾਵੇਂ ਦੁਆਦਸ਼ੀ ਦਾ ਹੋਵੇ, ਭਾਵੇਂ ਚੌਦਸ ਦਾ ਹੋਵੇ, ਘਰ ਘਰ ਵਰਤ ਰੱਖਿਆ ਜਾਂਦਾ ਹੈ। ਕੋਈ ਦਿਨ ਤਿਉਹਾਰ ਵਰਤ ਤੋਂ ਖਾਲੀ ਨਹੀਂ ਜਾਂਦਾ, ਵਰਤ ਰੱਖਣਾ। ਮਨੁੱਖ ਨੇ ਆਪਣੀ ਜ਼ਿੰਦਗੀ ਆਪਣੇ ਜੀਵਨ ਨਾਲ ਇੱਕ ਗੱਲ ਵਿਸ਼ਵਾਸ ਨਾਲ ਜੋੜ ਲਈ ਕਿ ਵਰਤ ਰੱਖਣ ਨਾਲ, ਅੱਜ ਵਰਤ ਰੱਖਾਂਗੇ ਪਤੀ ਦੀ ਉਮਰ ਵਧੇਗੀ, ਹੈ ਕੋਈ ਫਲ ਤਾਂ ਹੈ ਨਾ, ਕੋਈ ਫਲ ਤਾਂ ਮਨ ਅੰਦਰ ਇੱਛਾ ਹੈ। ਪਰ ਗੁਰੂ ਆਖ ਰਹੇ ਨੇ ਫਲ ਕੋਈ ਨਹੀਂ, ਤੀਰਥ ਕਰੇ ਵਰਤ ਫੁਣ ਰੱਖੇ ਨਹੀਂ ਮਨੂਆ ਬਸ ਜਾਗੋ। ਕਹਿਣ ਲੱਗੇ ਨਾ ਫਲ ਧਰਮ ਤਾਂ ਹੀ ਤੂੰ ਮੰਨੋ, ਪਰ ਇਹ ਫਲ ਤੋਂ ਬਿਨਾਂ ਜਿਹੜੇ ਦਰਖਤ ਨੇ ਧਰਮ, ਇਹ ਪੈਦਾ ਕਿਉਂ ਹੋਏ ਨੇ? ਲਓ ਇੱਥੇ ਰੁਕਣਾ ਚਾਹੁੰਦਾ। ਗੁਰੂ ਨੇ ਬਾਣੀ ਅੰਦਰ ਇੱਕ ਗੱਲ ਸਪਸ਼ਟ ਕੀਤੀ, ਕਹਿੰਦੇ ਨੇ ਇਹਨਾਂ ਦੀ ਗਿਣਤੀ ਕਿਉਂ ਜ਼ਿਆਦਾ ਹੈ, ਇਹਨਾਂ ਦੇ ਪੈਰੋਕਾਰ ਵੀ ਜ਼ਿਆਦਾ ਨੇ।
ਬਲਕਿ ਗੁਰੂ ਨਾਨਕ ਨੇ ਜਿਹੜਾ ਧਰਮ ਸਿਧਾਂਤ ਪੈਦਾ ਕੀਤਾ ਸੀ ਨਾ, ਉਹਦੇ ਤਾਂ ਉਹਨੂੰ ਭਾਲ ਭਾਲ ਕੇ ਲੋਕ ਲਿਆਉਣੇ ਪਏ ਸਨ। ਬਾਣੀ ਅੰਦਰ ਸਤਿਗੁਰੂ ਕਹਿੰਦੇ ਨੇ, ਮੈਂ ਬੱਧੀ ਸੱਚ ਧਰਮ ਸਾਲ ਹੈ, ਕਹਿਣ ਲੱਗੇ ਮੈਂ ਵੀ ਇੱਕ ਧਰਮਸਾਲ ਬਣਾਈ ਹੈ ਜਿੱਥੇ ਧਰਮ ਮਿਲਦਾ ਹੈ, ਕਿਉਂਕਿ ਸਾਲ ਦਾ ਮਤਲਬ ਹੁੰਦਾ ਟਿਕਾਣਾ, ਪਾਠਸ਼ਾਲਾ, ਗਊਸ਼ਾਲਾ, ਪਾਕਸ਼ਾਲਾ, ਇਹ ਸਾਰੇ ਲਫ਼ਜ਼ ਮਿਲਦੇ ਜੁਲਦੇ ਨੇ। ਜਿੱਥੇ ਉਹ ਵਿੱਦਿਆ ਮਿਲਦੀ ਹੋਵੇ ਉਹਨੂੰ ਲੋਕ ਪਾਠਸ਼ਾਲਾ ਆਖਦੇ ਨੇ, ਜਿੱਥੇ ਗਊਆਂ ਦਾ ਨਿਵਾਸ ਹੋਵੇ ਉਹਨੂੰ ਲੋਕ ਗਊਸ਼ਾਲਾ ਆਖਦੇ ਨੇ। ਅਤੇ ਇੱਕ ਖਿਆਲ ਕਰਿਓ, ਇਸੇ ਲਈ ਧਰਮਸ਼ਾਲਾ ਲਫ਼ਜ਼ ਆਇਆ ਹੈ, ਇਹਦਾ ਮਤਲਬ ਇੱਥੇ ਧਰਮ ਦਾ ਟਿਕਾਣਾ ਹੈ। ਜੇ ਕਿਸੇ ਨੇ ਗਊਆਂ ਲੈਣੀਆਂ ਹੁਣ ਗਊਸ਼ਾਲਾ ਜਾਵੇ, ਜਿਹਨੇ ਵਿੱਦਿਆ ਲੈਣੀ ਹੋਵੇ ਉਹ ਪਾਠਸ਼ਾਲਾ ਜਾਵੇ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਪੜ੍ਹਨ ਪਠਾਇਆ ਚਾਟ ਸਾਲ, ਚਾਟੜਿਆਂ ਦਾ ਟਿਕਾਣਾ, ਵਿਦਿਆਰਥੀਆਂ ਦਾ ਟਿਕਾਣਾ। ਅਤੇ ਜਿੱਥੇ ਲੋੜ ਹੋਵੇ ਧਰਮ ਦੀ, ਜਿਹਨੂੰ ਧਰਮ ਦੀ ਲੋੜ ਹੋਵੇ ਉਹ ਧਰਮਸ਼ਾਲਾ ਜਾਵੇ। ਅਤੇ ਗੁਰੂ ਕਹਿੰਦੇ ਨੇ, ਮੈਂ ਧਰਮਸ਼ਾਲਾ ਇਸੇ ਲਈ ਬਣਾਈ ਹੈ ਕਿ ਇੱਥੇ ਧਰਮ ਦੇ ਮੁਤਲਾਸ਼ੀ ਲੋਕ, ਜਿਹੜੇ ਚਾਹਵਾਨ ਲੋਕ ਹੋਣ, ਉਹ ਧਰਮ ਲੈਣ ਇੱਥੋਂ ਆਉਣ। ਪਰ ਮੁਸ਼ਕਲ ਮੈਨੂੰ ਇਹ ਬਣ ਗਈ, ਮੈਨੂੰ ਤਾਂ ਮੇਰੇ ਧਰਮ ਲੈਣ ਵਾਲੇ ਲੋਕ ਬਹੁਤ ਥੋੜ੍ਹੇ ਸਨ। ਅਗਲੀ ਲਾਈਨ ਅੰਦਰ ਇੱਕ ਲਫ਼ਜ਼ ਵਰਤੇ, ਕਹਿਣ ਲੱਗੇ, ਮੈਂ ਬੱਧੀ ਸੱਚ ਧਰਮ ਸਾਲ ਹੈ, ਗੁਰ ਸਿੱਖਾਂ ਲਹਿੰਦਾ ਪਾਲ ਕੈ। ਮੈਨੂੰ ਤਾਂ ਉੱਥੋਂ ਦੀ ਪਾਠਸ਼ਾਲਾ ਧਰਮਸ਼ਾਲਾ ਵਿੱਚ ਪੜ੍ਹਨ ਵਾਲੇ ਅਤੇ ਧਰਮ ਦੇ ਖਰੀਦਦਾਰ ਭਾਲ ਭਾਲ ਕੇ ਲਿਆਉਣੇ ਪਏ, ਆਮ ਨਹੀਂ। ਤੀਰਥਾਂ 'ਤੇ ਯਾਤਰਾ ਕਰਨ ਵਾਲੇ ਆਮ ਸਨ, ਵਰਤ ਰੱਖਣ ਵਾਲੇ ਆਮ ਸਨ, ਕਿਉਂਕਿ ਇਹ ਵੀ ਧਰਮ ਬਣ ਗਿਆ ਸੀ। ਹੁਣ ਇਹ ਦੇਖਣਾ, ਇਹ ਧਰਮ ਕਿਉਂ ਜ਼ਿਆਦਾ ਚੱਲਿਆ? ਗੁਰੂ ਨੇ ਬਾਣੀ ਅੰਦਰ ਹਰ ਗੱਲ ਸਪਸ਼ਟ ਕੀਤੀ ਹੈ। ਕਹਿੰਦੇ ਨੇ, ਬਹੁਵਿਧ ਧਰਮ ਨਿਰੂਪੀਏ, ਕਰਤਾ ਦੀਸੈ ਸਭ ਲੋਏ। ਬਹੁਤ ਸਾਰੇ ਧਰਮ ਬਣਾ ਲੈ ਗਏ, ਹਾਲਾਂਕਿ ਗੁਰੂ ਆਪਣੀ ਰਸਾਂ ਤੋਂ ਕਹਿੰਦਾ ਇੱਕੋ ਹੀ ਧਰਮ ਹੈ, ਇੱਕੋ ਹੀ ਧਰਮ ਹੈ। ਗੁਰੂ ਨਾਨਕ ਜਦੋਂ ਆਇਆ ਹੈ ਨਾ, ਉਹ ਇੱਕੋ ਹੀ ਧਰਮ, ਨਾਮ ਦਾ ਧਰਮ ਲੈ ਕੇ ਆਇਆ ਹੈ। ਗੁਰਬਾਣੀ ਪੜ੍ਹ ਲਓ, ਗੁਰੂ ਆਖਦੇ ਨੇ, ਬਲਿਓ ਚਿਰਾਗ ਅੰਧਿਆਰ ਮੈਂ, ਅੰਧੇਰੇ ਵਿੱਚ ਇੱਕ ਚਿਰਾਗ ਦੀਵਾ ਬਲਿਆ, ਰੌਸ਼ਨੀ ਆਈ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕੱਲ ਉਧਰੀ, ਅੱਗੇ ਕੀ ਹੈ, ਇੱਕ ਨਾਮ ਧਰਮ, ਇੱਕੋ ਧਰਮ, ਸਰਵ ਧਰਮ ਹੈ ਸ੍ਰੇਸ਼ਟ ਧਰਮ ਕਿਹੜਾ, ਹਰ ਕੋ ਨਾਮ ਜਪ ਨਿਰਮਲ ਕਰ। ਫੈਸਲੇ ਬਾਣੀ ਦੇ ਨੇ, ਗੁਰੂ ਨਾਨਕ ਇੱਕੋ ਨਾਮ ਧਰਮ ਲੈ ਕੇ ਆਉਂਦਾ, ਇੱਕੋ ਹੀ ਧਰਮ ਹੈ,
ਇਸੇ ਲਈ ਗੁਰੂ ਨਾਨਕ ਦੇਵ ਬਾਣੀ ਦਾ ਆਰੰਭ ਹੀ ਜਪਜੀ ਜਿਹੜਿਆ ਉਹਦੀ ਬਾਣੀ ਦਾ ਆਰੰਭ ਹੀ ਏਕੇ ਤੋਂ ਹੈ। ਉਹ ਕਹਿੰਦਾ ਮੇਰੇ ਕੋਲ ਇੱਕੋ ਹੀ ਹੈ ਬਸ, ਜਬ ਹਮ ਇੱਕੋ ਇੱਕ ਕਰ ਜਾਂਦੇ ਹਾਂ ਤਬ ਲੋਗੇ ਕਾਹੇ ਦੁੱਖ ਮਾਣਿਆ, ਮੈਂ ਤਾਂ ਸਿਰਫ ਇੱਕੋ ਨੂੰ ਜਾਣਨਾ, ਮੈਂ ਦੂਜਾ ਪੜ੍ਹਿਆ ਹੀ ਨਹੀਂ, ਦੂਜਾ ਨਾ ਹੀ ਔਰ ਕੋ ਤਾਂ ਕਾ ਭਾਵ ਕਰੀਏ। ਹੁਣ ਗੁਰੂ ਨਾਨਕ ਕੋਲ ਇੱਕ ਧਰਮ ਹੈ, ਪਰ ਕਿਉਂ ਇੱਕ ਧਰਮ ਹੈ? ਕਿਉਂਕਿ ਮੇਰੇ ਰੱਬ ਨੇ ਵੀ ਇੱਕ ਧਰਮ ਬਣਾਇਆ ਹੈ, ਉਹਨੇ ਕੇਵਲ ਮਨੁੱਖ ਪੈਦਾ ਕੀਤਾ। ਮੈਂ ਤਾਂ ਹੈਰਾਨ ਹੁੰਦਾ ਗੁਰਬਾਣੀ ਅੰਦਰ ਕੈਸੇ ਕੈਸੇ ਸਵਾਲ ਖੜੇ ਕੀਤੇ ਜਾਣੇ। ਰੱਬ ਨੇ ਇੱਕ ਧਰਮ ਬਣਾਇਆ, ਮਨੁੱਖਤਾ, ਇਨਸਾਨੀਅਤ, ਉਹਨੇ ਇੱਕ ਮਨੁੱਖ ਬਣਾਇਆ ਹੈ, ਕੋਈ ਮੁਸਲਮਾਨ ਨਹੀਂ ਬਣਾਇਆ। ਕਿਸੇ ਮੁਸਲਮਾਨ ਦੇ ਘਰ ਬੱਚਾ ਪੈਦਾ ਹੋ ਜਾਂਦੇ, ਮੱਥੇ 'ਤੇ ਨਹੀਂ ਲਿਖਿਆ ਹੁੰਦਾ ਕਿ ਮੁਸਲਮਾਨ ਹੈ। ਕੋਈ ਹਿੰਦੂ ਨਹੀਂ ਬਣਾਇਆ, ਕੋਈ ਈਸਾਈ ਨਹੀਂ ਬਣਾਇਆ, ਕੋਈ ਪਾਰਸੀ ਨਹੀਂ ਬਣਾਇਆ, ਕੋਈ ਠੱਗ ਕੋਈ ਚੋਰ ਨਹੀਂ ਬਣਾਇਆ, ਕੋਈ ਸਾਧ ਨਹੀਂ ਬਣਾਇਆ, ਇੱਕ ਮਨੁੱਖ ਬਣਾ ਦਿੱਤਾ। ਫਿਰ ਇੰਨਾ ਕੁਝ ਕਿਵੇਂ ਬਣ ਗਿਆ? ਇਸ ਸੰਸਾਰ ਦੇ ਝਗੜੇ ਜਿੰਨੇ ਨੇ ਇਹ ਵੱਖ ਵੱਖ ਧਰਮਾਂ ਦੇ ਨੇ, ਇਹਦੇ ਪਿੱਛੇ ਕੋਈ ਧਰਮ ਖਿਆਲ ਕਰ ਰਿਹਾ ਅਤੇ ਕਿਉਂ ਕਰ ਰਿਹਾ? ਕਿਉਂਕਿ ਜਿੰਨੇ ਧਰਮ ਜ਼ਿਆਦਾ ਨਿਰੂਪੇ ਗਏ, ਨਿਰੂਪਿਤ ਮਤਲਬ ਬਣਾਏ ਗਏ ਨੇ, ਉਨੇ ਹੀ ਵੱਖ ਵੱਖ ਕਿਸਮ ਦੇ ਮਰਿਆਦਾ ਖਿਆਲ ਹੋ ਗਏ ਨੇ ਜਿਹੜੇ ਇੱਕ ਦੂਜੇ ਨਾਲ ਟਕਰਾ ਰਹੇ ਨੇ। ਉੱਥੋਂ ਧਰਮ ਨਾਮ 'ਤੇ ਲੜਾਈਆਂ ਸ਼ੁਰੂ ਹੋ ਗਈਆਂ ਨੇ, ਇਖਤਲਾਫ ਸ਼ੁਰੂ ਹੋ ਗਏ ਨੇ। ਭਾਈ ਗੁਰਦਾਸ ਜੀ ਨੇ ਆਪਣੀ ਇੱਕ ਪੌੜੀ ਵਿੱਚ ਬੜਾ ਖੂਬਸੂਰਤ ਐਗਜ਼ਾਮਪਲ ਦੇ ਕੇ, ਉਦਾਹਰਨ ਦੇ ਕੇ ਸਮਝਾਈ ਹੈ। ਭਾਈ ਸਭ ਕਹਿੰਦੇ ਨੇ ਭਾਈ ਕਿ ਗਿਲਾਨ ਜਗਤ ਵਿੱਚ, ਗਿਲਾਨ ਕਹਿੰਦੇ ਨੇ ਨਫ਼ਰਤ, ਮੈਨੂੰ ਫਲਾਣੇ ਤੋਂ ਬਹੁਤ ਗਿਲਾਨੇ ਹੈ, ਭਾਵ ਮੈਨੂੰ ਉਹਦੇ ਤੋਂ ਨਫ਼ਰਤ ਹੈ। ਅਤੇ ਭਾਈ ਸਾਹਿਬ ਕਹਿੰਦੇ ਨੇ ਭਈ ਗਿਲਾਨ ਜਗਤ, ਸੰਸਾਰ ਅੰਦਰ ਨਫ਼ਰਤ ਨੇ ਜਨਮ ਕਿਉਂ ਲਿਆ? ਜੇ ਭਲਾ ਸਾਰੇ ਮਨੁੱਖ ਹੀ ਹੁੰਦੇ, ਕੋਈ ਹਿੰਦੂ, ਮੁਸਲਮਾਨ, ਈਸਾਈ, ਪਾਰਸੀ, ਕੋਈ ਇਸ ਤੋਂ ਅੱਗੇ ਫਿਰ ਧਰਮ ਬਾਦਰ ਵਿੱਚੋਂ ਸਭ ਧਰਮ ਚੱਲ ਪਏ, ਉਹ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਅੱਜ ਕੀ ਹੈ? ਆਹ ਗੁਰਦੁਆਰਾ ਜੱਟਾਂ ਦਾ ਜੀ, ਆਹ ਗੁਰਦੁਆਰਾ ਰਾਮਦਾਸੀਆਂ ਦਾ, ਆਹ ਗੁਰਦੁਆਰਾ ਨਾਮਦੇਵ ਜੀ ਦਾ, ਨਾਮਦੇਵ ਦਾ, ਇਹ ਸਾਰਾ ਕੁਝ ਕਿਉਂ ਪੈਦਾ? ਕਿਉਂਕਿ ਜਿੰਨੇ ਜ਼ਿਆਦਾ ਧਰਮ ਵਿਚਾਰਧਾਰਾ ਪੈਦਾ ਹੋਈਆਂ, ਉਹਨੇ ਇਖਤਲਾਫ ਪੈਦਾ ਹੋ ਗਏ। ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗਾ ਸੀ ਨਫ਼ਰਤ ਪੈਦਾ ਕਿੱਥੋਂ ਹੋਈ? ਭਈ ਗਿਲਾਨ ਜਗਤ ਵਿੱਚ ਕਹਿੰਦੇ ਨੇ ਪੈਦਾ ਕਿ ਚਾਰ ਵਰਨ ਆਸ਼ਰਮ ਉਪਾਏ, ਪਹਿਲਾਂ ਇੱਕ ਦੇ ਚਾਰ ਬਣੇ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਚਾਰ ਵਰਨ ਆਸ਼ਰਮ ਉਪਾਏ। ਫਿਰ ਕਹਿੰਦੇ ਨੇ ਦਸ ਨਾਮ ਸੰਨਿਆਸੀਆਂ, ਯੋਗੀ ਬਾਰਾਂ ਪੰਥ ਚਲਾਏ, ਜੰਗਮ ਅਤੇ ਸਰੇਵੜੇ, ਦਗੇ ਦਿਗੰਬਰ ਵਾਦ ਵਧਾਏ,
ਅੱਗੇ ਜਾ ਕੇ ਕਹਿੰਦੇ ਨੇ ਬ੍ਰਾਹਮਣ ਬਹੁ ਪ੍ਰਕਾਰ ਕਰ, ਸ਼ਾਸਤਰ ਵੇਦ ਕਿਤੇਬ ਲੜਾਏ, ਆਪਸ ਵਿੱਚ ਲੜ ਰਹੇ ਸਨ। ਲੜਾਈ ਕਿਉਂ ਪੈਦਾ? ਗੁਰੂ ਸਾਹਿਬ ਨੇ ਬਾਣੀ 'ਚ ਵੀ ਆਖਿਆ, ਕਹਿਣ ਲੱਗੇ ਸਰਮ ਧਰਮ ਦੋ ਛਾਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਕਾਜ਼ੀਆਂ ਬਾਬਨਾ ਕੀ ਗੱਲ ਥੱਕੀ, ਅਗਤ ਪੜੇ ਸ਼ੈਤਾਨ ਵੇ ਲਾ ਲਓ। ਸਤਿਗੁਰੂ ਨੇ ਬਾਣੀ ਵਿੱਚ ਇਹ ਗੱਲ ਆਖੀ, ਭਾਈ ਗੁਰਦਾਸ ਜੀ ਨੇ ਵੀ ਆਖੀ। ਕਹਿਣ ਲੱਗੇ ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਹਰਾ ਬੁਲਾਣੇ, ਸੱਚ ਕਿਨਾਰੇ ਰਹਿ ਗਿਆ, ਉਹ ਤਾਂ ਇੱਕੋ ਸੀ, ਉਹ ਵੀ ਗੁਰੂ ਨਾਨਕ ਨੂੰ ਪਾਲ ਪਾਲ ਕੇ ਲਿਆਉਣੇ ਪਏ। ਅੱਜ ਵੀ ਦੇਖੀਏ ਤਾਂ ਗੁਰੂ ਨਾਨਕ ਦੀ ਸਿੱਖੀ ਬਹੁਤ ਥੋੜ੍ਹੀ ਹੈ, ਦਿਖਾਵੇ ਦੀ ਸਿੱਖੀ ਉਹਨਾਂ ਜਿਹੜੇ ਬਹੁਤ ਧਰਮ ਨੇ ਰੂਪੀਏ, ਇਹ ਨਾਮਧਾਰੀਆ ਸਿੱਖ ਹੈ ਜੀ, ਇਹ ਜਥੇਦਾਰ ਸਿੱਖ ਹੈ ਜੀ, ਇਹ ਟਕਸਾਲੀਆ ਸਿੱਖ ਹੈ ਜੀ, ਇਹ ਸਿੱਖ ਜ਼ਿਆਦਾ ਨੇ। ਔਰ ਗੁਰਦੁਆਰੇ ਵੀ ਜਿਵੇਂ ਉਹ ਵੰਡਿਆ ਗਿਆ ਸਭ ਕੁਝ, ਜਿਵੇਂ ਗੁਰਦੁਆਰੇ ਇੱਕ ਸੱਚਾਈ ਆਪਾਂ ਦੇਖਣ ਆਉਂਦੇ ਹਾਂ ਗੁਰਬਾਣੀ ਵਿੱਚੋਂ। ਸਤਿਗੁਰੂ ਨੇ ਬਾਣੀ ਵਿੱਚ ਹਰ ਗੱਲ ਸਪਸ਼ਟ ਕੀਤੀ ਹੈ। ਕਹਿੰਦੇ ਨੇ ਕੋਈ ਬੋਲੇ ਰਾਮ ਰਾਮ, ਦੂਜੇ ਨੇ ਆਖਿਆ ਮੈਂ ਰਾਮ ਰਾਮ ਨਹੀਂ ਕਹਿਣਾ, ਉਹਨੇ ਆਖਿਆ ਮੈਂ ਖੁਦਾ ਆਖਾਂਗਾ, ਉਹਨੇ ਹਾਹਾ ਵਿੱਚ ਲਾ ਕੇ ਰਹੀਮ ਬਣਾ ਲਿਆ, ਉਹਨੇ ਆਖਿਆ ਹਾਹਾ ਵਿੱਚ ਪਾ ਕੇ ਰਾਮ ਨਾ ਰਵੇ। ਰਾਮ ਰਹੀਮ ਕਹਾਏ ਦੇ ਇੱਕ ਨਾਮ ਦੋਏ ਰਾਹ ਭੁਲਾਣੇ, ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੁਲਾਣੇ, ਨਫ਼ਰਤ ਕਿਤੋਂ ਪੈਦਾ ਹੋਈ। ਜਿੰਨਾ ਧਰਮ ਦਾ ਰੂਪ ਜ਼ਿਆਦਾ ਗਿਣਤੀ ਵਿੱਚ ਹੋ ਜਾਏਗਾ ਓਨੀ ਹੀ ਨਫ਼ਰਤ ਫੈਲੇਗੀ, ਜਿਹੜਾ ਅੱਜ ਜ਼ਿਆਦਾ ਹੈ। ਇੱਕ ਧਰਮ ਦੇ ਅੰਦਰ ਸਭ ਧਰਮ ਹੋ ਗਏ ਨੇ, ਇੱਕ ਮਰਿਆਦਾ ਦੇ ਅੰਦਰ ਸਭ ਮਰਿਆਦਾ ਹੋ ਗਈਆਂ ਨੇ, ਲੋਕ ਦੂਜੇ ਨੂੰ ਕੋਈ ਬਰਦਾਸ਼ਤ ਨਹੀਂ ਕਰ ਰਿਹਾ। ਸਤਿਗੁਰੂ ਬਾਣੀ ਵਿੱਚ ਆਖ ਰਹੇ ਨੇ, ਕਹਿਣ ਲੱਗੇ ਕੋਈ ਬੋਲੇ ਰਾਮ ਰਾਮ, ਕੋਈ ਖੁਦਾ ਹੈ, ਕੋਈ ਸੇਵੇ ਗੁਸਈਆ, ਕੋਈ ਅੱਲਾ ਹੈ, ਕੋਈ ਨਾਵੇ ਤੀਰਥ, ਕੋਈ ਹੱਜ ਜਾਏ, ਆਪਣੇ ਆਪਣੇ ਧਰਮ ਸਥਾਨ ਵੀ ਵੱਖਰੇ ਕਰ ਲੈ, ਆਪਣੇ ਆਪਣੇ ਤੀਰਥ ਵੀ ਵੱਖਰੇ ਕਰ ਲੈ, ਕੋਈ ਕਰੇ ਪੂਜਾ, ਕੋਈ ਸਿਰ ਨਿਆਏ, ਆਪਣਾ ਆਪਣਾ ਵੱਖਰਾ ਤਰੀਕਾ, ਕੋਈ ਪੜੇ ਵੇਦ, ਕੋਈ ਕਤੇਬ, ਕੋਈ ਓਢੇ ਨੀਲ, ਕੋਈ ਸਫੇਦ, ਕੋਈ ਆਖੇ ਮੈਂ ਚਿੱਟੇ ਕੱਪੜੇ ਪਾਉਣੇ, ਤੇ ਕੋਈ ਆਖੇ ਮੈਂ ਨੀਲੇ ਕੱਪੜੇ ਪਾਓ। ਹੁਣ ਵੀ ਤੁਸੀਂ ਦੇਖਦੇ ਹੋ ਰੰਗਾਂ ਦੇ ਝਗੜ ਰਹੇ ਹਾਂ, ਭਾਵੇਂ ਆਪਣੇ ਪਾਉਣ ਵਾਲੇ ਰੰਗ ਹੋਣ, ਭਾਵੇਂ ਨਿਸ਼ਾਨ ਸਾਹਿਬ 'ਤੇ ਚੜ੍ਹਾਉਣ ਵਾਲੇ ਰੰਗ ਹੋਣ, ਆਖਰ ਤਾਂ ਰੰਗਾਂ ਦਾ ਹੀ ਮਸਲਾ ਹੈ। ਗੁਰਬਾਣੀ ਕਿਸੇ ਗੱਲ ਦਾ ਰਿਹਾਇਸ਼ ਨਹੀਂ ਕਰਦੀ, ਕੋਈ ਓਢੇ ਨੀਲ, ਕੋਈ ਸਫੇਦ, ਕਿਉਂ? ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਹਿੰਦੂ ਨੂੰ ਤੁਰਕ ਆਖੋ ਉਹ ਗੱਲ ਪੈਂਦਾ, ਤੁਰਕ ਨੂੰ ਹਿੰਦੂ ਆਖੋ ਗੱਲ ਪੈਂਦਾ ਹੈ। ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਛੇ ਭਿਸ਼ਤ, ਕੋਈ ਸੁਰਗਿੰਦੂ, ਉਹ ਭਿਸ਼ਤ ਵਿੱਚ ਜਾਣਾ ਚਾਹੁੰਦਾ, ਸੁਰਗ ਵਿੱਚ ਨਹੀਂ ਜਾਣਾ, ਕਿਉਂਕਿ ਸੁਰਗ ਲਫ਼ਜ਼ ਹਿੰਦੂ ਦਾ ਹੈ, ਭਿਸ਼ਤ ਲਫ਼ਜ਼ ਮੁਸਲਮਾਨ ਦਾ ਹੈ। ਹਰ ਇੱਕ ਚੀਜ਼ ਦੀਆਂ ਵੰਡੀਆਂ ਕਿਉਂ ਪਈਆਂ? ਕਿਉਂਕਿ ਬਹੁਵਿਧ ਧਰਮ ਨਿਰੂਪੀ ਹੈ, ਬੜੇ ਵੱਖਰੇ ਵੱਖਰੇ ਢੰਗ ਨਾਲ ਧਰਮ ਨੂੰ
ਆਪਣੇ ਆਪਣੇ ਢੰਗ ਨਾਲ ਸਜਾ ਲਿਆ, ਬਣਾ ਲਿਆ ਅਤੇ ਕਰਤਾ ਦੀਸੈ ਸਬਲ। ਦੁਨੀਆਂ ਉਹ ਸਾਰੇ ਧਰਮ ਕਰ ਰਹੀ ਹੈ, ਆਪਣੇ ਆਪਣੇ ਧਰਮ ਸਜਾਏ ਹੋਏ ਸਾਰੇ ਕਰ ਰਹੇ ਨੇ ਕਰ ਰਹੇ ਪਰ ਇੱਕ ਖਿਆਲ ਕਰਿਓ, ਗੁਰੂ ਨਾਨਕ ਕਹਿੰਦਾ ਮੈਂ ਚਾਹੁੰਦਾ ਕਿ ਮਨੁੱਖਤਾ ਦਾ ਇੱਕ ਧਰਮ ਬਣੇ, ਇਨਸਾਨ ਨੀਅਤ ਦਾ ਇੱਕ ਧਰਮ ਬਣੇ, ਉਹ ਸਿਰਫ ਗੁਣਾਂ 'ਤੇ ਆਉਂਦਾ। ਇਸ ਲਈ ਗੁਰੂ ਨਾਨਕ ਕਹਿੰਦਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਉਹ ਕੀ ਹਰ ਕੋ ਨਾਮ ਜਪ, ਇੱਕ ਪ੍ਰਭੂ ਦਾ ਸਿਮਰਨ ਹੋਵੇ, ਕੋਈ ਵੱਖ ਵੱਖ ਦੇਵੀ ਦੇਵਤਿਆਂ ਨੂੰ ਵੱਖ ਵੱਖ ਨੂੰ ਪੂਜਣ ਦੀ ਕੋਸ਼ਿਸ਼ ਕਰੇ, ਇੱਕ ਦਾ ਸਿਮਰਨ ਹੋਵੇ ਅਤੇ ਚੰਗੇ ਕਰਮਾਂ ਵਾਲਾ, ਚੰਗੇ ਗੁਣਾਂ ਵਾਲਾ ਜੀਵਨ ਹੋਵੇ। ਲਓ, ਗੁਰੂ ਤਾਂ ਚੰਗਾ ਜੀਵਨ ਚਾਹੁੰਦਾ। ਤੂੰ ਕੱਪੜੇ ਕਿਹੋ ਜਿਹੇ ਪਾਉਣਾ, ਇਸ ਨਾਲ ਕੋਈ ਸੰਬੰਧ ਨਹੀਂ ਮੇਰੇ ਰੱਬ ਦਾ। ਮੈਂ ਇੱਕ ਵਾਰ ਕੀਤੀ ਸੀ, ਮਨੁੱਖ ਦੀ ਸਭ ਤੋਂ ਵੱਡੀ ਦੁਖਾਂ ਦੀ ਗੱਲ ਇਹ ਹੈ ਕਿ ਮਨੁੱਖ ਨੇ ਕਲਚਰ ਅਤੇ ਧਰਮ ਨੂੰ ਇੱਕ ਕਰ ਲਿਆ, ਇੱਕ ਨਹੀਂ। ਸਾਡਾ ਖਾਣਾ, ਪਹਿਨਣਾ ਅਤੇ ਬੋਲੀ, ਇਹ ਕਲਚਰ ਹੈ, ਇਹ ਬਦਲਦੀ ਹੈ। ਤੁਸੀਂ ਦੇਸ਼ ਛੱਡਦੇ ਹੋ, ਪਹਿਰਾਵਾ ਵੀ ਬਦਲ ਜਾਂਦਾ। ਬਜ਼ੁਰਗਾਂ ਨੇ ਦੇਖਿਆ, ਆਪਣੇ ਬਜ਼ੁਰਗ ਚਾਦਰੇ ਬਣਦੇ ਹੁੰਦੇ ਸਨ, ਹੁਣ ਇੱਥੇ ਕੋਈ ਚਾਦਰਾ ਬਣ ਕੇ ਤੁਰਿਆ ਫਿਰਦਾ ਵੇਖਿਆ ਜੀ? ਉਹੀ ਚਾਦਰਿਆਂ ਬੰਨਣ ਵਾਲਿਆਂ ਦੇ ਪੁੱਤਰ ਪੋਤਰੇ ਇੱਧਰ ਪੈਂਟਾਂ ਪਾਵੇ ਫਿਰਦੇ ਨੇ। ਕਲਚਰ ਹੈ, ਪਹਿਰਾਵਾ ਕਲਚਰ ਹੈ, ਖੁਰਾਕ ਖਾਣਾ ਵੀ ਕਲਚਰ ਹੈ। ਜਦੋਂ ਦੇਸ਼ ਛੱਡਦੇ ਹੋ, ਇੱਥੇ ਜਿਹੜੀਆਂ ਚੀਜ਼ਾਂ ਨਸੀਬ ਹੁੰਦੀਆਂ, ਹੁਣ ਤਾਂ ਫਿਰ ਹਰ ਇੱਕ ਚੀਜ਼ ਉੱਧਰੋਂ ਐਕਸਪੋਰਟ ਹੋਣ ਲੱਗ ਪਈ ਹੈ, ਤੁਸੀਂ ਆਪਣੀ ਮਰਜ਼ੀ ਦਾ ਖਾਣਾ ਬਣਾਉਣ ਲੱਗੇ। ਜਿਹੜੇ ਪਹਿਲਾਂ ਆਏ ਨੇ ਉਹਨਾਂ ਕੋਲ ਪੁੱਛੋ, ਉਹਨਾਂ ਨੂੰ ਤਾਂ ਕਈ ਕਈ ਸਾਲ ਆਪਣੇ ਜੀਵਨ ਵਿੱਚ ਸਿਰਫ ਬ੍ਰੈਡ ਖਾ ਕੇ ਗੁਜ਼ਾਰਾ ਕੀਤਾ ਹੈ, ਪਰ ਕੀ ਕਰਨ? ਜਿਸ ਦੇਸ਼ ਵਿੱਚ, ਜਦੋਂ ਦੇਸ਼ ਬਦਲੇਗਾ, ਧਰਤੀ ਬਦਲੇਗੀ, ਕਲਚਰ ਬਦਲੇਗਾ। ਇੱਥੇ ਆ ਕੇ ਤੁਸੀਂ ਬੋਲੀ ਵੀ ਉਸ ਮਜ਼ਬੂਰ ਨੂੰ ਵੀ ਸਿੱਖੀ, ਜਿਨ੍ਹਾਂ ਨੂੰ ਨਹੀਂ ਆਉਂਦੀ ਸੀ ਇੰਗਲਿਸ਼, ਉਹਨਾਂ ਵੀ ਸਿੱਖੀ, ਕਿਉਂਕਿ ਇੱਥੋਂ ਦੀ ਬੋਲੀ ਹੈ। ਇਹ ਤਿੰਨੋਂ ਚੀਜ਼ਾਂ ਕਲਚਰ ਨੇ, ਸਾਡਾ ਧਰਮ ਨਹੀਂ। ਧਰਮ ਨਹੀਂ ਬਦਲਦਾ। ਕਦੇ ਕਿਸੇ ਨੇ ਆਇਆ ਨਹੀਂ ਆਖਿਆ ਹਿੰਦੁਸਤਾਨ ਵਾਲਾ ਸਿੱਖ ਹੈ। ਸਿੱਖੀ ਜਿਹੜੀ ਹੈ ਉਹ ਹਰ ਦੇਸ਼ ਵਿੱਚ ਕਮਾਈ ਜਾ ਸਕਦੀ ਹੈ, ਵਾਹਿਗੁਰੂ ਹਰ ਦੇਸ਼ ਵਿੱਚ ਕਿਹਾ ਜਾ ਸਕਦਾ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰ ਦੇਸ਼ ਵਿੱਚ ਕੀਤਾ ਜਾ ਸਕਦਾ ਹੈ। ਉਹ ਕਿਉਂਕਿ ਅੰਦਰ ਗੁਰਬਾਣੀ ਜਾਣੀ ਹੈ। ਫਰਕ ਇਹ ਹੋਈ ਹੈ ਕਿ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਬਹੁਵਿਧ ਧਰਮ ਨਿਰੂਪੀ ਹੈ। ਧਰਮ ਨੂੰ ਅਸੀਂ ਬਹੁਤ ਢੰਗਾਂ ਨਾਲ ਬਣਾ ਲਿਆ, ਕਰਤਾ ਦੀਸੈ ਸਭ ਲੋਏ। ਅਤੇ ਉਹ ਬਹੁਤ ਸਾਰੇ ਧਰਮ ਜਿਹੜੇ ਨੇ ਉਹ ਮਨੁੱਖ ਆਪਣੇ ਆਪਣੇ ਪਸੰਦ ਮੁਤਾਬਕ ਕਰ ਰਿਹਾ, ਅਤੇ ਕਲਚਰ ਨੂੰ ਵੀ ਉਹਨੇ ਧਰਮ ਬਣਾ ਲਿਆ। ਲੜਾਈ ਕਲਚਰ ਦੀ ਹੈ, ਕਹਿੰਦਾ ਧਰਮ ਦੀ ਲੜਾਈ ਹੈ। ਕਹਿਣ ਲੱਗੇ ਮੇਰੇ ਰੱਬ ਨੇ ਇੱਕ ਮਨੁੱਖ ਬਣਾਇਆ ਹੈ, ਉਹਨੇ ਨਾ ਕੋਈ ਹਿੰਦੂ, ਨਾ ਮੁਸਲਮਾਨ, ਨਾ ਈਸਾਈ, ਨਾ ਪਾਦਰੀ, ਕੁਛ ਨਹੀਂ ਬਣਾਇਆ।
ਜੇ ਭਲਾ ਤੂੰ ਸਾਰੇ ਮਨੁੱਖ ਹੀ ਬਣ ਜਾਣ, ਚੰਗੇ ਚੰਗੇ ਇਨਸਾਨੀਅਤ ਮਨੁੱਖ ਦੇ ਜੀਵਨ ਵਿੱਚ ਆ ਜਾਏ ਤਾਂ ਭਲਾ ਸੰਸਾਰ ਬਹਿਸ਼ਤ ਨਾ ਹੋ ਜਾਏ, ਇਹ ਸਾਰੇ ਝਗੜੇ ਖਤਮ ਨਾ ਹੋ ਜਾਣ, ਇਹ ਸਾਰੇ ਇਖਤਲਾਫ ਜਿਹੜੇ ਨੇ ਇਹ ਸਾਡੇ ਪੈਦਾ ਕੀਤੇ ਹੋਏ ਨੇ, ਕਿਉਂਕਿ ਅਸੀਂ ਕਲਚਰ ਨੂੰ ਧਰਮ ਬਣਾ ਲਿਆ। ਅਤੇ ਸਤਿਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਜਦੋਂ ਆਪਣੀ ਆਪਣੀ ਮਰਜ਼ੀ ਦਾ ਧਰਮ ਸਾਰਿਆਂ ਨੇ ਬਣਾ ਲਿਆ ਤਾਂ ਨਤੀਜਾ ਧਰਮ ਬਹੁਤੇ ਹੋ ਗਏ ਨੇ, ਜਦੋਂ ਬਹੁਤੇ ਹੋ ਗਏ ਨੇ ਤਾਂ ਨਵਾਂ ਕੋਈ ਜਨਰੇਸ਼ਨ ਨਵਾਂ ਕੋਈ ਬੱਚਾ ਉੱਠਦਾ ਅਤੇ ਉਹ ਸੋਚੀ ਪੈ ਜਾਂਦਾ ਵੀ ਕਿਹੜਾ ਧਰਮ ਅਪਣਾਵਾਂ ਜਿਹੜਾ ਚੰਗਾ ਸਭ ਤੋਂ ਹੋਵੇ। ਬਹੁਤ ਧਰਮ ਨਿਰੂਪੀ ਹੈ, ਕਰਤਾ ਦੀਸੈ ਸਭ ਲੋਏ, ਅਤੇ ਫਿਰ ਕੀ ਹੁੰਦਾ ਕਰਮ ਅਕਰਮ ਵਿਚਾਰੀ ਹੈ। ਉਹ ਕਰਮ ਕਿਹੜਾ ਜਿਹੜਾ ਸਭ ਤੋਂ ਜਿਹਨੂੰ ਕਰਮ ਨਾਲ ਸਾਰਾ ਕਰਨ ਨਾਲ ਸਾਰਾ ਕੁਛ ਸਿੱਧ ਹੋ ਜਾਏ, ਮੈਂ ਤਰਜੀਹ ਬਣ ਜਾਵਾਂ। ਫਿਰ ਕਹਿਣ ਲੱਗੇ ਕਰਮ ਅਕਰਮ ਵਿਚਾਰੀਏ, ਸੰਕਾ ਸੁਣ ਵੇਦ ਪੁਰਾਣ, ਸੰਸਾ ਸਾਧ ਹਿਰਦੇ ਵਸੇ, ਕੌਣ ਹਿਰਿਆ ਅਭਿਮਾਨ। ਨਤੀਜਾ ਨਿਕਲਦਾ ਵੇਦਾਂ ਸ਼ਾਸਤਰਾਂ ਨੇ ਧਰਮ ਗ੍ਰੰਥਾਂ ਨੇ ਵੀ, ਸਭ ਦੇ ਧਰਮ ਗ੍ਰੰਥ ਵੀ ਵੱਖਰੇ ਹੋ ਗਏ, ਤੀਰਥ ਵੀ ਵੱਖਰੇ ਹੋ ਗਏ। ਨਤੀਜਾ ਨਿਕਲਿਆ ਸੰਸਾਰ ਅੰਦਰ ਧਰਮ ਅਸਥਾਨ ਵੀ ਵੱਖਰੇ ਨੇ। ਹੈਂ, ਜੇ ਧਰਮ ਇੱਕ ਹੋਵੇ ਤਾਂ ਧਰਮ ਅਸਥਾਨ ਵੱਖਰੇ ਕਿਉਂ ਹੋਣ? ਇਹ ਜਿਹੜੇ ਬਹੁਤੇ ਧਰਮ ਅਸਥਾਨ ਨੇ ਇਹਦਾ ਮਤਲਬ ਧਰਮ ਬਹੁਤੇ ਨੇ, ਅਤੇ ਜਦੋਂ ਬਹੁਤ ਹੀ ਕੋਈ ਚੀਜ਼ ਹੋਵੇ ਉਹਦੇ ਵਿੱਚੋਂ ਚੁਆਇਸ ਕਰ ਦੇਖਣੀ ਹੁੰਦੀ ਵੀ ਕਿਹੜੀ ਠੀਕ ਹੈ, ਵਰਾਇਟੀ ਬਹੁਤ ਹੀ ਹੈ। ਜੇ ਹੋਵੇ ਹੀ ਇੱਕ ਤਾਂ ਵਰਾਇਟੀ ਕੋਈ ਨਹੀਂ, ਉਹ ਹਰ ਕੋਈ ਅਪਣਾ ਲਵੇ। ਲਓ ਇਸੇ ਲਈ ਧਰਮ ਨਾਮ 'ਤੇ ਅਸੀਂ ਇੱਕ ਨਹੀਂ ਹੋ ਰਹੇ, ਕਿਉਂਕਿ ਧਰਮ ਦੀ ਵਰਾਇਟੀ ਬਹੁਤ ਹੋ ਗਈ ਹੈ। ਅਤੇ ਮਨੁੱਖ ਸੋਚੀ ਪੈ ਗਿਆ ਕਿਹੜਾ ਧਰਮ ਅਪਣਾਵਾਂ, ਕਰਮ ਅਕਰਮ ਵਿਚਾਰੀ ਹੈ। ਸੰਕਾ ਸੁਣ ਵੇਦ ਪੁਰਾਣ, ਵੇਦਾਂ ਪੁਰਾਣਾਂ ਨੇ ਕਰਮ ਅਤੇ ਅਕਰਮ ਦਾ ਵਿਚਾਰ ਰੱਖਿਆ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਵੇਦਾਂ ਦਾ ਕੰਮ ਕੀ ਹੈ, ਉਹ ਵਿਚਾਰਦੇ ਨੇ ਕਿਹੜਾ ਚੰਗਾ ਕੰਮ ਹੈ ਕਿਹੜਾ ਮੰਦਾ ਕੰਮ ਹੈ। ਬਸ ਉਹੋ ਹੀ ਮਨੁੱਖ ਸੋਚੀ ਪੈ ਗਿਆ ਕਿ ਇਹ ਨਹੀਂ ਵੀ ਧਰਮ ਹੀ ਨਹੀਂ ਰਿਹਾ, ਧਰਮ ਦੀ ਲਾਲਸਾ ਹੈ ਲੇਕਿਨ ਧਰਮ ਵਿੱਚ ਕਨਫਿਊਜ਼ ਹੋ ਰਿਹਾ ਹੈ। ਮੁਸ਼ਕਲ ਇਹ ਹੈ, ਇਹ ਨਹੀਂ ਕਿ ਧਰਮ ਦੀ ਲਾਲਸਾ ਨੇ, ਜਿਹੜਾ ਤੀਰਥਾਂ 'ਤੇ ਜਾ ਰਿਹਾ ਆਪ ਵੱਲੋਂ ਧਰਮ ਕਰ ਰਿਹਾ, ਜਿਹੜਾ ਵਰਤ ਰੱਖ ਰਿਹਾ ਆਪ ਵੱਲੋਂ ਧਰਮ ਕਰ ਰਿਹਾ, ਧਰਮ ਦੀ ਲਾਲਸਾ ਹੈ। ਪਰ ਧਰਮ ਇੰਨੇ ਜ਼ਿਆਦਾ ਹੋ ਗਏ ਨੇ, ਧਰਮ ਆਪਣੇ ਬਣਾਏ ਹੋਏ ਨਿਰੂਪ ਹੋਏ ਹੋਏ ਇੰਨੇ ਜ਼ਿਆਦਾ ਹੋ ਗਏ ਨੇ ਕਿ ਮੇਰੇ ਰੱਬ ਦਾ ਜਿਹੜਾ ਇੱਕ ਧਰਮ ਉਹਨੇ ਬਣਾਇਆ ਸੀ ਮਨੁੱਖਤਾ ਇਨਸਾਨੀਅਤ, ਉਹ ਧਰਮ ਛੁਪ ਗਿਆ ਹੈ। ਕੋਸ਼ਿਸ਼ ਕਰਾਂਗਾ ਕੱਲ੍ਹ ਸਵੇਰੇ ਅਸੀਂ ਉਸ ਨੂੰ ਵਿਚਾਰੀਏ ਉਹ ਧਰਮ ਕਿਉਂ ਛੁਪਿਆ ਹੈ ਜਿਹੜਾ ਰੱਬ ਨੇ ਬਣਾਇਆ, ਉਹ ਧਰਮ ਛੁਪ ਗਿਆ ਹੈ। ਹਿੰਦੂ ਪੈਦਾ ਹੋ ਗਿਆ, ਮੁਸਲਮਾਨ ਪੈਦਾ ਹੋ ਗਿਆ, ਈਸਾਈ ਪੈਦਾ ਹੋ ਗਿਆ, ਮਨੁੱਖ ਕੋਈ ਨਹੀਂ ਰਿਹਾ, ਰੱਬ ਨੇ ਮਨੁੱਖ ਬਣਾਇਆ ਸੀ। ਪਰ
ਮਨੁੱਖ ਨੇ ਅੱਗੇ ਬਹੁ ਵਿਧ ਧਰਮ ਨਿਰੂਪਿਆ ਹੈ। ਇਹਨੇ ਧਰਮਾਂ ਦੇ ਕਈ ਕਈ ਰੂਪ ਬਣਾ ਲਏ ਅਤੇ ਧਰਮ ਦਾ ਰੂਪ ਬਣਾਉਣ ਲੱਗਿਆ ਇਹਨੇ ਤੈਨੂੰ ਧਰਮ ਅਸਥਾਨ ਵੀ ਵੱਖ ਵੱਖ ਕਰਨੇ ਪਏ, ਧਰਮ ਦੀਆਂ ਮਰਿਆਦਾ ਵੀ ਵੱਖ ਵੱਖ ਕਰਨੀਆਂ ਪਈਆਂ। ਕਿਸੇ ਨੇ ਤੀਰਥਾਂ 'ਤੇ ਜਾਣ ਨੂੰ ਧਰਮ ਆਖਿਆ, ਕਿਸੇ ਨੇ ਹੱਜ ਕਰਨ ਨੂੰ ਧਰਮ ਆਖਿਆ। ਇਉਂ ਮਨੁੱਖ ਦੇ ਜੀਵਨ ਦੇ ਰਸਤੇ ਵੱਖ ਵੱਖ ਹੋ ਗਏ, ਟਕਰਾਓ ਵਿੱਚ ਹੋ ਗਏ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਲਈ ਆਪਣੇ ਅੱਜ ਦੀ ਇਸ ਲਾਈਨ ਵਿੱਚ ਸਪੈਸ਼ਲ ਇਹ ਲਫਜ਼ ਵਰਤੇ, ਕਹਿਣ ਲੱਗੇ ਉਹਦਾ ਨਤੀਜਾ ਨਿਕਲਿਆ ਕਿ ਮਨੁੱਖ ਆਪ ਵੱਲੋਂ ਧਰਮ ਕਰਦਾ ਕਰਦਾ ਵੀ ਧਰਮੀ ਨਹੀਂ ਬਣ ਰਿਹਾ, ਇਹਦੀ ਹਾਲਤ ਇਹ ਹੋ ਗਈ ਹੈ ਕਿ ਜਿਸ ਤਰ੍ਹਾਂ ਜੈਸੇ ਪਾਹਣ ਜਲ ਮੈਂ ਰੱਖਿਓ ਭੇਦ ਦਿਓ ਨਹੀਂ ਤੈ ਪਾਣੀ, ਜਿਵੇਂ ਪਾਹਣ ਪੱਥਰ ਨੂੰ ਪਾਣੀ ਵਿੱਚ ਰੱਖ ਦਿਓ ਤਾਂ ਸੋਚੋ ਵੀ ਖੌਰੇ ਭਿੱਜ ਜਾਏਗਾ, ਨਹੀਂ ਭਿੱਜਦਾ। ਕਹਿੰਦੇ ਨੇ ਮਨੁੱਖ ਦਾ ਜੀਵਨ ਪੱਥਰਾਂ ਨੂੰ ਪੂਜ ਪੂਜ ਕੇ ਐਸਾ ਹੋ ਗਿਆ ਪੱਥਰ ਵਰਗਾ ਕਿ ਇਹ ਧਰਮ ਦੇ ਨਾਮ 'ਤੇ ਤੀਰਥਾਂ 'ਤੇ ਇਸ਼ਨਾਨ ਕਰ ਕਰਕੇ ਵੀ ਇਹਦੇ ਮਨ 'ਤੇ ਕੋਈ ਅਸਰ ਨਹੀਂ, ਭਿੱਜਦਾ ਨਹੀਂ, ਕਰਮ ਕਰ ਰਿਹਾ ਪਰ ਕਰਮਾਂ ਦਾ ਅਸਰ ਕੋਈ ਨਹੀਂ, ਨਿਫਲ ਹੈ। ਜੈਸੇ ਪਾਹਣ ਜਲ ਮੈਂ ਰੱਖਿਓ ਭੇਦਿਓ ਨਹਿ ਤੈ ਪਾਣੀ, ਕਹਿਣ ਲੱਗੇ ਤੈਸੇ ਹੀ ਤੁਮ ਤਾਂ ਪਛਾਣੋ ਭਗਤ ਹੀਨ ਜੋ ਪੁਰਾਣੇ। ਜਿਹੜੇ ਗੁਰੂ ਨਾਨਕ ਦੇ ਉਸ ਧਰਮ ਦੇ ਵਿਸ਼ਵਾਸ, ਇੱਕ ਧਰਮ ਦੇ ਵਿਸ਼ਵਾਸ ਵਿੱਚ ਨਹੀਂ ਆਉਂਦੇ, ਉਹ ਪਾਹਣ ਪਰਮੇਸ਼ਰ ਕੀ ਆ ਪੂਜੇ ਸਭ ਸੰਸਾਰ, ਪਾਹਣ ਨੂੰ ਪੱਥਰ ਨੂੰ ਪਰਮੇਸ਼ਵਰ ਰੱਬ ਬਣਾ ਕੇ ਪੂਜ ਰਹੇ ਨੇ ਪਰ ਉਹਦੇ ਵਿੱਚੋਂ ਮਿਲਦਾ ਕੁਝ ਨਹੀਂ। ਇਹੋ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਆਖ ਰਹੇ ਨੇ, ਕਹਿੰਦੇ ਨੇ ਤੂੰ ਐਸੇ ਧਰਮ ਕਰ ਰਿਹਾ ਭਾਵੇਂ ਤੀਰਥਾਂ 'ਤੇ ਜਾ ਕੇ, ਭਾਵੇਂ ਪੱਥਰਾਂ ਦੀ ਮੂਰਤੀਆਂ ਨੂੰ ਪੂਜਾ ਕਰ ਪੂਜ ਕੇ, ਭਾਵੇਂ ਵਰਤ ਰੱਖ ਕੇ, ਜਿੰਦਾ ਤੇਰੇ ਜੀਵਨ ਵਿੱਚ ਕੋਈ ਲਾਭ ਨਹੀਂ, ਨਿਸਫਲ ਹੈ। ਉਸੇ ਪੱਥਰ ਦੀ ਤਰ੍ਹਾਂ ਜਿਹੜਾ ਪਾਣੀ ਵਿੱਚ ਰੱਖਿਆ ਭਿੱਜਦਾ ਨਹੀਂ, 100 ਸਾਲ ਬਾਅਦ ਉਸਨੂੰ ਪਾਣੀ ਵਿੱਚੋਂ ਕੱਢ ਲਓ ਫਿਰ ਸੁੱਕਾ ਦਾ ਸੁੱਕਾ ਹੈ। ਅਤੇ ਇਹੋ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਸਮਝਾਉਣਾ ਚਾਹੁੰਦੇ ਨੇ ਭਲਿਆ। ਇਸ ਨਾਲ ਉਹ ਚੰਗੀ ਗੱਲ ਇਹ ਹੈ ਕਿ ਇੱਕ ਧਰਮ ਜਿਹੜਾ ਰੱਬ ਨੇ ਬਣਾਇਆ ਹੈ ਤੂੰ ਉਹ ਬਣ, ਉਹ ਹੈ ਤੂੰ ਚੰਗਾ ਮਨੁੱਖ ਬਣ, ਚੰਗਾ ਇਨਸਾਨ ਬਣ, ਤੇਰੇ ਵਿੱਚ ਇਨਸਾਨੀਅਤ ਆ ਜਾਏ। ਅਤੇ ਜੇ ਨਾ ਆਈ ਤਾਂ ਵਿਸ਼ਵਾਸ ਕਰ ਬਾਕੀ ਧਰਮ ਜਿਹੜੇ ਨੇ ਆ ਕਰਮ ਦੇ ਕਰਮ ਕਾਂਡ ਦੇ ਰੂਪ ਵਿੱਚ ਜਿਹੜੇ ਪੈਦਾ ਹੋਏ ਨੇ ਇਹਨਾਂ ਨੂੰ ਕਦੀ ਕੋਈ ਫਲ ਨਹੀਂ ਲੱਗਣਾ, ਇਹਨਾਂ ਨਾਲ ਮਨ ਨੂੰ ਉਸ ਪੱਥਰ ਵਾਂਗੂ ਕਦੀ ਸੰਤੁਸ਼ਟਤਾ ਨਹੀਂ ਮਿਲਣੀ। ਇਹੋ ਗੱਲ ਸਮਝਾਉਣਾ ਚਾਹੁੰਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ। ਅਤੇ ਕਹਿੰਦੇ ਨੇ ਬੇਫਲ ਧਰਮ ਫਲ ਧਰਮ ਤਾਹੇ ਤੁਮ ਮੰਨੋ, ਨੇ ਫਲ ਧਰਮ ਤਾਹੇ ਤੁਮ ਮੰਨੋ, ਸੱਚ ਕਹੋ ਸੱਚ ਕਹੋ
ਵਰਤੇ ਫੁੱਲ ਰੱਖੇ ਤੀਰਥ ਕਰੇ ਵਰਤੇ ਫੁੱਲ ਰੱਖੇ ਨੇ ਮਨੁਆ ਬਸ ਜਾਗੋ ਸਾਲ ਬਰਨੀ ਹੈ ਉਹਦੇ ਵਿੱਚ ਇੱਕ ਧਰਮ ਰੱਖਿਆ ਅਤੇ ਇਸੇ ਗੱਲ ਦਾ ਜ਼ਿਕਰ ਸਵਈਆਂ ਵਿੱਚ ਆ ਗਿਆ ਹੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕੱਲ ਉਧਰੀ ਇੱਕ ਨਾਮ ਧਰਮ ਇੱਕ ਨਾਮ ਧਰਮ ਗੜਬਰਦਾਸ ਨਿਵਾਇਕ ਹੈ ਵਾਹਿਗੁਰੂ ਦਾਸ ਲਿਖਦਾ ਮੱਕਾ ਮਦੀਨਾ ਸਭ ਨਿਵਾਇਆ ਗੁਰੂ ਨਾਨਕ ਦੇ ਉਦਾਸੀ ਦਾ ਜਿਹੜਾ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਨਾ ਗੁਰਸਿੱਖਾਂ ਲੈਂਦਾ ਭਾਲਕ ਹੈ ਭਾਲ ਭਾਲ ਕੇ ਉਹਨਾਂ ਨੂੰ ਇਕੱਠਿਆਂ ਕੀਤਾ ਜਿਨ੍ਹਾਂ ਨੂੰ ਉਹ ਮਨੁੱਖ ਬਣਾ ਸਕਿਆ ਉਹ ਭੁਲਿਆ ਤੂੰ ਇਨਸਾਨੀਅਤ ਦੀ ਅਗਵਾਈ ਕਰ ਅਤੇ ਇੱਥੇ ਗੁਰਬਾਣੀ ਭਾਈ ਗੁਰਦਾਸ ਜੀ ਨੇ ਵੀ ਆਖ ਦਿੱਤਾ ਗੜ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭ ਨਿਵਾਇਆ ਸਿੱਧ ਚੁਰਾਸੀ ਮੰਡਲੀ ਖੱਟ ਦਰਸ਼ਨ ਪਾਖੰਡ ਚੁਰਾਇਆ ਜੁੱਤੀ ਅੱਗੇ ਜਾ ਕਹਿੰਦੇ ਨੇ ਕਹਿ ਜਾ ਕਹਿੰਦੇ ਨੇ ਜੁੱਤੀ ਨਵ ਖੰਡ ਬੇਦਨੀ ਕੀ ਸਤਨਾਮ ਦਾ ਚੱਕਰ ਫਿਰਾਇਆ ਇੱਕੋ ਹੀ ਇੱਕੋ ਹੀ ਬਲਿਓ ਚਿਰਾਗ ਅੰਧਿਆਰ ਮੈਂ ਸਭ ਕੱਲ ਉਧਰੀ ਇੱਕ ਨਾਮ ਧਰਮ ਅਤੇ ਆਪਾਂ ਕਈ ਵਾਰੀ ਵਿਚਾਰ ਚੁੱਕੇ ਹਾਂ ਉਹ ਵੀ ਬਾਣੀ ਰਾਹੀਂ ਕਿ ਉਹ ਨਾਮ ਕੀ ਹੈ ਉਹ ਨਾਮ ਹੈ ਗੁਣ ਰੱਬੀ ਗੁਣ ਦਾ ਗਾਉਣਾ ਰੱਬੀ ਗੁਣ ਦਾ ਵਿਚਾਰ ਕਰਨਾ ਜਦੋਂ ਰੱਬ ਵਾਲੇ ਗੁਣ ਮਨੁੱਖ ਵਿੱਚ ਆ ਜਾਣਗੇ ਸੁਭਾਅ ਆ ਜਾਏਗਾ ਫਿਰ ਰੱਬ ਵਿੱਚ ਅਤੇ ਮਨੁੱਖ ਵਿੱਚ ਫਰਕ ਨਹੀਂ ਰਹੇਗਾ ਮੈਂ ਇੱਕ ਵਾਰ ਕੀਤੀ ਸੀ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਉਂ ਆਖਿਆ ਕਿ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ ਰਾਮ ਤੇ ਪ੍ਰਭੂ ਤੇ ਕਬੀਰ ਇੱਕੋ ਜਿਹੇ ਹੋ ਗਏ ਪਛਾਣ ਵੀ ਔਖੀ ਹੋ ਗਈ ਅਤੇ ਮੈਂ ਅਰਜ਼ ਕੀਤੀ ਸੀ ਕਿ ਕਬੀਰ ਜਿਹੜਾ ਉਹਦੀ ਕੋਈ ਹਾਈਟ ਬਦਲ ਗਈ ਉਹਦੀ ਕੋਈ ਸ਼ਕਲ ਬਦਲ ਗਈ ਨਹੀਂ ਉਹਦਾ ਸੁਭਾਅ ਬਦਲ ਗਿਆ ਜਦੋਂ ਸਾਡੇ ਵਿੱਚ ਰੱਬ ਵਾਲਾ ਉਹਦੇ ਵਾਲੇ ਗੁਣ ਆ ਜਾਣਗੇ ਅਸੀਂ ਭਾਵੇਂ ਕਿਸੇ ਰੂਪ ਵਿੱਚ ਵੀ ਬੈਠੇ ਹੋਵਾਂਗੇ ਉਦੋਂ ਸਾਡਾ ਸੁਭਾਅ ਉਹਦੇ ਵਿੱਚ ਸਾਨੂੰ ਅਭੇਦ ਕਰ ਦੇਵੇਗਾ ਹੁਣ ਆਪਾਂ ਸਵੇਰੇ ਵਿਚਾਰਾਂਗੇ ਵੀ ਭਲਾ ਇਹ ਚੀਜ਼ ਕਿਉਂ ਨਹੀਂ ਹੋ ਰਹੀ
ਉਹ ਸਮਾਂ ਉਡੀਕ ਕਰੀਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।